subscribe to our YouTube channel. Press the bell icon to get the latest updates. ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਅੱਜ ਮੈਂ ਮਾਲ ਵਿਭਾਗ ਨਾਲ ਸੰਬੰਧਿਤ ਕੁਝ ਅਹਿਮ ਫੈਸਲਿਆਂ ਬਾਰੇ ਪੰਜਾਬੀਆਂ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ। ਪੰਜਾਬ ਦੇ ਵਿੱਚ ਕੁੱਲ 3660 ਜਿਹੜੇ ਨੇ ਪਟਵਾਰੀ ਸਰਕਲ ਨੇ, ਜਿੱਥੇ ਇੱਕ ਪਟਵਾਰੀ ਲੱਗਿਆ ਹੁੰਦਾ ਉਹਨੂੰ ਸਰਕਲ ਕਹਿੰਦੇ ਆ, ਕਿ ਉਹ ਸਰਕਲ ਦਾ ਪਟਵਾਰੀ ਹੈ। ਅਤੇ ਇਹਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਬਹੁਤ ਸਾਰੀਆਂ ਅਸਾਮੀਆਂ ਲਾ ਲਓ, ਸਰਕਲ ਲਾ ਲਓ, ਖਾਲੀ ਪਏ ਸੀ। ਸੋ ਪੰਜਾਬ ਸਰਕਾਰ ਨੇ ਇੱਕ ਬਹੁਤ ਅਹਿਮ ਫੈਸਲਾ ਕੀਤਾ ਕਿ ਹੁਣ ਅਸੀਂ ਕੋਈ ਵੀ ਸਰਕਲ ਇਹੋ ਜਿਹਾ ਨਹੀਂ ਰਹਿਣ ਦੇਵਾਂਗੇ ਜਿਹੜਾ ਖਾਲੀ ਰਹੇ। 741, ਮੈਂ ਦੁਬਾਰਾ ਦੱਸ ਦਿੰਦਾ, 741, 741 ਉਹ ਪਟਵਾਰੀ ਕੈਂਡੀਡੇਟ ਜਿਹੜੇ ਟ੍ਰੇਨਿੰਗ 'ਤੇ ਨੇ, 18 ਮਹੀਨੇ ਦੀ ਟ੍ਰੇਨਿੰਗ ਹੁੰਦੀ ਹੈ ਉਹਨਾਂ ਦੀ, ਉਹਦੇ 'ਚੋਂ 15 ਮਹੀਨੇ ਉਹਨਾਂ ਦੇ ਕੰਪਲੀਟ ਹੋ ਚੁੱਕੇ ਨੇ ਟ੍ਰੇਨਿੰਗ ਦੇ, ਅਤੇ ਉਹਨਾਂ ਦੇ 15 ਮਹੀਨਿਆਂ ਦੇ ਬਾਅਦ ਹੀ ਉਹਨਾਂ ਨੂੰ ਅਸੀਂ ਫੀਲਡ ਦੇ ਵਿੱਚ ਲੈ ਕੇ ਆ ਰਹੇ ਹਾਂ। ਫੈਸਲਾ ਕੀਤਾ ਪੰਜਾਬ ਸਰਕਾਰ ਨੇ ਕਿ 741 ਜਿਹੜੇ ਟ੍ਰੇਨਿੰਗ 'ਤੇ ਨੇ, ਸਿਰਫ 2-3 ਮਹੀਨੇ ਦੀ ਟ੍ਰੇਨਿੰਗ ਰਹਿੰਦੀ ਸੀ, ਉਹਨਾਂ ਨੂੰ ਟ੍ਰੇਨਿੰਗ ਤੋਂ ਇੱਧਰਲੇ ਪਾਸੇ ਨੂੰ ਸਰਕਲ ਵੱਲ ਨੂੰ ਲੈ ਕੇ ਆਵਾਂਗੇ। ਸੋ 741 ਜਿਹੜੇ ਪਟਵਾਰੀ ਜਿਹੜੇ ਟ੍ਰੇਨਿੰਗ 'ਤੇ ਸੀ ਉਹ ਫੀਲਡ 'ਚ ਆ ਜਾਣਗੇ। 710 ਇਹੋ ਜਿਹੀਆਂ ਪੋਸਟਾਂ ਨੇ ਜਿਹੜੀਆਂ, ਜਿਨ੍ਹਾਂ ਨੂੰ ਹਜੇ ਨਿਯੁਕਤੀ ਪੱਤਰ ਨਹੀਂ ਮਿਲੇ, ਉਹਨਾਂ ਦੇ ਕੁਛ ਕਾਗਜ਼ੀ ਕਾਰਵਾਈ ਜਿਵੇਂ ਪੁਲਿਸ ਵੈਰੀਫਿਕੇਸ਼ਨ ਵਗੈਰਾ ਰਹਿੰਦੀ ਸੀ, ਅਤੇ ਅਸੀਂ ਗ੍ਰਹਿ ਵਿਭਾਗ ਨੂੰ ਇਹ ਨਿਰਦੇਸ਼ ਦਿੱਤੇ ਨੇ ਕਿ ਇਹ ਛੇਤੀ ਤੋਂ ਛੇਤੀ ਇੱਕ ਹਫ਼ਤੇ ਦੇ ਵਿੱਚ ਇਹ ਸਾਰਾ ਕਰਕੇ ਕੰਪਲੀਟ ਕਾਗਜ਼ੀ ਕਾਰਵਾਈ, ਤਾਂ ਇਹਨਾਂ ਨੂੰ ਵੀ ਨਿਯੁਕਤੀ ਪੱਤਰ ਜਿਹੜੇ ਨੇ 710 ਜਿਹੜੇ ਨੇ ਉਹਨਾਂ ਨੂੰ ਜਾਰੀ ਕਰ ਦਿੱਤੇ ਜਾਣਗੇ। ਅਤੇ 741 ਜਿਹੜੇ ਟ੍ਰੇਨਿੰਗ 'ਤੇ ਨੇ ਉਹਨਾਂ ਨੂੰ ਫੀਲਡ 'ਚ ਲੈ ਕੇ ਆ ਰਹੇ ਹਾਂ, 710 ਨੂੰ ਨਿਯੁਕਤੀ ਪੱਤਰ ਮਿਲਣ ਜਾ ਰਹੇ ਨੇ, ਅਤੇ 586 ਨਵੀਆਂ ਪੋਸਟਾਂ ਜਿਹੜੀਆਂ ਉਹ ਕੱਢਣ ਲੱਗੇ ਹਾਂ ਪਟਵਾਰੀਆਂ ਦੀਆਂ। ਇਹ ਟੋਟਲ 237 ਸਰਕਲ ਬਣਦੇ ਨੇ। ਸੋ 1623 ਪਹਿਲੇ ਹੀ ਹੈਗੇ ਨੇ। ਸੋ ਸਾਡਾ ਜਿਹੜਾ ਪੂਰਾ ਪੰਜਾਬ ਦਾ ਜਿਹੜਾ ਸਰਕਲ ਹੈ ਪਟਵਾਰੀਆਂ ਦਾ, ਉਹ ਪੂਰਾ ਕੰਪਲੀਟ ਹੋ ਜੂਗਾ। ਮੈਂ ਇੱਕ ਵਾਰੀ ਫਿਰ ਗਿਣਤੀ ਦੱਸ ਦਿੰਦਾ, 741 ਅੰਡਰ ਟ੍ਰੇਨਿੰਗ, ਉਹਨਾਂ ਨੂੰ ਫੀਲਡ 'ਚ ਲੈ ਕੇ ਆ ਰਿਹਾ ਤਾਂ ਕਿ ਉਹ ਫੁੱਲ ਫਲੈਜ ਪਟਵਾਰੀ ਦੇ ਤੌਰ 'ਤੇ ਕੰਮ ਕਰਨੀ, ਡਿਊਟੀ ਕਰਨੀ, ਆਪਣੀ ਸੇਵਾ ਨਿਭਾਉਣੀ ਸ਼ੁਰੂ ਕਰ ਦੇਣ। 710 ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ, ਜਿਨ੍ਹਾਂ ਨੇ ਟੈਸਟ ਪਾਸ ਕਰ ਲਿਆ, ਅਤੇ ਸਿਰਫ ਕਾਗਜ਼ੀ ਕਾਰਵਾਈ ਰਹਿੰਦੀ ਸੀ ਉਹ ਪੂਰੀ ਕੰਪਲੀਟ ਸਰਕਾਰ ਵੱਲੋਂ ਜਲਦੀ ਕੀਤੀ ਜਾਊਗੀ। ਅਤੇ 586 ਨਵੀਆਂ ਪੋਸਟਾਂ ਪਟਵਾਰੀਆਂ ਦੀਆਂ ਅਸੀਂ ਕੱਢ ਰਹੇ ਹਾਂ, ਉਹਦੇ ਵਿੱਚ ਜਿਹੜੇ ਵੀ ਮੈਰਿਟ ਦੇ ਵਿੱਚ ਆਉਣਗੇ ਉਹਨਾਂ ਨੂੰ ਜਿਹੜਾ ਸਿਲੈਕਟ ਕੀਤਾ ਜਾਊਗਾ। ਅਤੇ ਇੱਕ ਹੋਰ ਅਹਿਮ ਫੈਸਲਾ ਇਹਦੇ ਵਿੱਚ ਹੈ ਕਿ ਹਾਜ਼ਰੀ ਜਿਹੜੀ ਹੈ ਪਟਵਾਰੀਆਂ ਦੀ ਉਹ ਬਾਇਓਮੀਟ੍ਰਿਕ ਹਾਜ਼ਰੀ ਹੋਊਗੀ। ਬਾਇਓਮੀਟ੍ਰਿਕ ਮੀਨਸ, ਜੇ ਪੰਜਾਬੀ 'ਚ ਮੈਂ ਦੱਸ ਦਿੰਦਾ, ਅੰਗੂਠਾ ਲਾਉਣ ਵਾਲੀ ਜਿਹੜੀ ਹਾਜ਼ਰੀ ਹੁੰਦੀ ਹੈ, ਆਉਣ ਵੇਲੇ, ਡਿਊਟੀ 'ਤੇ ਆਉਣ ਵੇਲੇ ਅਤੇ ਡਿਊਟੀ ਤੋਂ ਜਾਣ ਵੇਲੇ ਬਾਇਓਮੀਟ੍ਰਿਕ ਹਾਜ਼ਰੀ ਲੱਗੂਗੀ। ਉਹਦਾ ਆਪਣਾ ਫਿੰਗਰ ਪ੍ਰਿੰਟ ਜਿਹੜੇ ਨੇ ਉਹਦੇ ਨਾਲ ਉਹਨੂੰ ਹਾਜ਼ਰੀ ਲਾਉਣੀ ਪੈਣੀ ਹੈ, ਕਿਉਂਕਿ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਉਹਨਾਂ ਨੇ ਅੱਗੇ ਬੰਦੇ ਰੱਖੇ ਹੋਏ ਨੇ ਬਹੁਤ ਘੱਟ ਤਨਖਾਹ 'ਤੇ, ਆਪ ਕੰਮ ਕਰਦੇ ਨਹੀਂ, ਕਿਤੋਂ ਹੋਰ ਕਰਵਾਉਂਦੇ ਆ। ਸੋ ਇਹਦੇ ਨਾਲ ਉਹ ਵੀ ਦੂਰ ਹੋਣਗੀਆਂ। ਅਤੇ ਜਿਹੜੇ ਨਵੇਂ ਪਟਵਾਰੀ ਭਰਤੀ ਕਰਨੇ ਨੇ ਉਹਦੇ ਵਿੱਚ ਮੈਰਿਟ ਦੇ ਆਧਾਰ 'ਤੇ, ਪੇਪਰ ਤੋਂ ਬਾਅਦ ਮੈਰਿਟ ਦੇ ਆਧਾਰ 'ਤੇ ਨਿਯੁਕਤੀਆਂ ਹੋਣਗੀਆਂ। ਸੋ ਮੈਂ ਇਹ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਕਿ 741 ਉਹ ਪਟਵਾਰੀ ਜਿਹੜੇ ਟ੍ਰੇਨਿੰਗ 'ਤੇ ਨੇ ਉਹ ਫੀਲਡ 'ਚ ਆ ਜਾਣਗੇ, 710 ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ, ਅਤੇ 586 ਨਵੀਆਂ ਜਿਹੜੀਆਂ ਪੋਸਟਾਂ ਨੇ ਪਟਵਾਰੀਆਂ ਦੀਆਂ ਉਹ ਅਸੀਂ ਐਡਵਰਟਾਈਜਮੈਂਟ ਕਰ ਰਹੇ ਹਾਂ, ਉਹਨਾਂ ਦੇ ਇਸ਼ਤਿਹਾਰ ਆ ਜਾਣਗੇ, ਅਤੇ ਉਹਦੇ ਵਾਸਤੇ ਬੱਚੇ ਜਿਹੜੇ ਨੇ, ਨੌਜਵਾਨ ਮੁੰਡੇ ਕੁੜੀਆਂ, ਉਹ ਪੇਪਰ ਦੇ ਕੇ ਮੈਰਿਟ ਦੇ ਆਧਾਰ 'ਤੇ ਉਹਨਾਂ ਨੂੰ ਪਟਵਾਰੀ ਨਿਯੁਕਤ ਕੀਤਾ ਜਾਊਗਾ। ਅਤੇ ਪਟਵਾਰੀਆਂ ਦੀ ਜਿਹੜੀ ਹਾਜ਼ਰੀ ਹੈ ਦਫ਼ਤਰ ਦੇ ਵਿੱਚ ਉਹ ਆਉਣ ਵੇਲੇ ਅਤੇ ਜਾਣ ਵੇਲੇ ਬਾਇਓਮੀਟ੍ਰਿਕ ਹੋਊਗੀ, ਤਾਂ ਕਿ ਕੋਈ
किसे बंदा कोई रख लिया अगे दी अगे, आप जिहड़ा मेन पटवारी है वो किते होर काम कर रहे हैं, कोई होर धंधा कर रहे हैं, काम कर रहे हैं, बिजनेस कर रहे हैं कोई, पर उहदी थां ते कोई होर जिहड़ा उहदा उहदी सेवावां निभा रहा है, ये खत्म हो जाणगीआं। आने वाले समय दौरान सारे नोटिफिकेशन जारी हो जाएंगे ते पंजाब दे लोकां नूं कोई खज्जल खुआरी नहीं असीं होण देवांगे कि वह पटवारखानिआं च जां तहसीलां च कोई काम कराउण वेले वह किसी गल तों उन्होंने निराश होकर मुड़ना पवे कि जी अज इस पटवारी का दिन कितने होर सी जी, अज वो पटवारी इत्थे बैठा नहीं जी, वगैरह वगैरह। सो असी पंजाब दे लोकां दी खज्जल खुआरी जिहड़ी है वह बंद करनी है, लोगों की सरकार है और लोगों के हक च फैसले लेगी। इनकलाब जिंदाबाद।